ਲੁਧਿਆਣੇ ਦੇ ਬੁੱਢੇ ਨਾਲੇ ਦਾ ਮਸਲਾ ਅੱਜ ਮੁੱਖ ਮੰਤਰੀ ਨਿਵਾਸ ਸਥਾਨ ਤੇ ਗੂੰਜਿਆ। ਮੁੱਖ ਮੰਤਰੀ ਮਾਨ ਦੇ ਵੱਲੋਂ ਅੱਜ ਅਧਿਕਾਰੀਆਂ ਸਮੇਤ ਨੇਬੂਲਾ ਗਰੁੱਪ ਦੇ ਰੀਪ੍ਰੈਜੈਂਟੇਟਿਵ ਦੇ ਨਾਲ ਜਿਹੜੀ ਇੱਕ ਮੀਟਿੰਗ ਕੀਤੀ ਗਈ ਹੈ। ਇਸ ਹੰਗਾਮੀ ਮੀਟਿੰਗ ਦੇ ਵਿੱਚ ਬੁੱਢੇ ਨਾਲੇ ਦੀ ਸਾਫ਼ ਸਫਾਈ ਨੂੰ ਲੈ ਕੇ ਗੱਲਬਾਤ ਹੋਈ ਹੈ। ਹਾਲਾਂਕਿ ਇਸ ਬੁੱਢੇ ਨਾਲੇ ਦੇ ਉੱਤੇ 650 ਕਰੋੜ ਰੁਪਏ ਖਰਚੇ ਗਏ ਨੇ, ਪਰ ਸਥਿਤੀ ਜਿਉਂ ਦੀ ਤਿਉਂ ਨਜ਼ਰ ਆਉਣ ਤੋਂ ਬਾਅਦ ਜਿੱਥੇ ਵਾਤਾਵਰਨ ਪ੍ਰੇਮੀਆਂ ਵੱਲੋਂ ਇਸ 'ਤੇ ਸਵਾਲ ਚੁੱਕੇ ਗਏ ਨੇ, ਪਰ ਇਸ ਦੇ ਬਾਵਜੂਦ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਆਪਣਾ ਨੀਂਹ ਪੱਥਰ ਤੱਕ ਜਿਹੜਾ ਤੋੜ ਦਿੱਤਾ ਗਿਆ ਸੀ। ਪਰ ਹੁਣ ਇਸੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਮਾਨ ਐਕਸ਼ਨ ਦੇ ਵਿੱਚ ਨਜ਼ਰ ਆਏ ਨੇ ਔਰ ਇਸੇ ਬੁੱਢੇ ਨਾਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇਸੇ ਸਥਿਤੀ ਨੂੰ ਲੈ ਕੇ ਜਿਹੜੇ ਗੰਦੇ ਪਾਣੀ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਅੱਜ ਜਿਹੜੀ ਆ ਬੈਠਕ ਸੱਦੀ ਸੀ ਔਰ ਅਧਿਕਾਰੀਆਂ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਆ ਔਰ ਉਹਨਾਂ ਦੇ ਨਾਲ ਗੱਲਬਾਤ ਤੋਂ ਬਾਅਦ 3 ਲੇਅਰ ਦੇ ਵਿੱਚ ਇਸ ਬੁੱਢੇ ਨਾਲੇ ਨੂੰ ਸਾਫ਼ ਕਰਨ ਦੀ ਗੱਲ ਕਹੀ ਹੈ ਔਰ ਕਿਹਾ ਜਾ ਰਿਹਾ ਕਿ ਇੱਕ ਮਿਸ਼ਨ ਦੇ ਤਹਿਤ ਕੰਮ ਕੀਤਾ ਜਾਵੇਗਾ ਔਰ ਇਸ ਨੂੰ ਨੇਪਰੇ ਚੜਾਇਆ ਜਾਵੇਗਾ। ਹਾਲਾਂਕਿ ਬੁੱਢੇ ਨਾਲੇ ਨੂੰ 3 ਲੇਅਰ ਦੇ ਵਿੱਚ ਸਾਫ਼ ਕੀਤਾ ਜਾਵੇਗਾ। 650 ਕਰੋੜ ਰੁਪਏ ਦਾ ਜੋ ਜ਼ਿਕਰ ਆ ਰਿਹਾ ਸੀ ਉਸ ਨੂੰ ਲੈ ਕੇ ਵੀ ਜਿਹੜੀ ਆ ਗੱਲਬਾਤ ਹੋਈ ਆ ਔਰ ਕਿਹਾ ਜਾ ਰਿਹਾ ਕਿ ਨੇਬੂਲਾ ਗਰੁੱਪ ਦੇ ਜਿਹੜੇ ਰੀਪ੍ਰੈਜੈਂਟੇਟਿਵ ਹੈਗੇ ਨੇ ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ। ਇਸ ਮੀਟਿੰਗ ਦੇ ਵਿੱਚ ਵਿਧਾਇਕ ਅਤੇ ਇਸ ਕਮੇਟੀ ਦੇ ਜਿਹੜੇ ਆਗੂ ਨੇ ਉਹ ਵੀ ਮੌਜੂਦ ਸੀ। ਪਰ ਇੱਕ ਵਾਰ ਫਿਰ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਕਿ ਬੁੱਢੇ ਨਾਲੇ ਦੀਆਂ ਤਸਵੀਰਾਂ ਨੇ ਕਿਹੋ ਜਿਹੀ ਸਥਿਤੀ ਹੈ ਇਸ ਨੂੰ ਲੈ ਕੇ ਜਿਹੜੀ ਅੱਜ ਵਿਚਾਰ ਚਰਚਾ ਹੋਈ ਆ ਔਰ ਕਿਹਾ ਜਾ ਰਿਹਾ ਕਿ ਓਜ਼ੋਨ ਟੈਕਨੋਲੋਜੀ ਦੇ ਨਾਲ ਨੇਬੂਲਾ ਗਰੁੱਪ ਇਸ ਦੀ ਸਾਫ਼ ਸਫਾਈ ਦਾ ਪਲਾਨ ਕਰ ਰਿਹਾ ਔਰ ਇਹ ਪਲਾਨ ਪੇਸ਼ ਕੀਤਾ ਗਿਆ। ਇਸ ਪਲਾਨ ਦੇ ਜ਼ਰੀਏ ਜਿਹੜਾ ਇਸ ਦੀ ਸਾਫ਼ ਸਫਾਈ ਹੋਵੇਗੀ, 3 ਲੇਅਰ ਦੇ ਵਿੱਚ ਜਿਹੜਾ ਇਸ ਨੂੰ ਬੁੱਢੇ ਨਾਲੇ ਨੂੰ ਸਾਫ਼ ਕੀਤਾ ਜਾਵੇਗਾ ਤਾਂ ਜਿਹੜਾ ਗੰਦਾ ਪਾਣੀ ਹੈ ਇਸ ਦੇ TDS ਦੀ ਮਾਤਰਾ ਜਿਹੜੀ ਘਟਾਉਣ ਦੀ ਉਹ ਜਿਹੜੀ ਹੈ ਗੱਲ ਜ਼ਰੂਰ ਉਹਨਾਂ ਨੇ ਕੀਤੀ ਆ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਇਹ ਜਿਹੜੀ ਸਾਫ਼ ਸਫਾਈ ਹੋ ਪਾਉਂਦੀ ਹੈ। ਲੁਧਿਆਣਾ ਤੋਂ ਰਜਿੰਦਰ ਅਰੋੜਾ, ਨਿਊਜ਼ 18। ਲੁਧਿਆਣੇ ਦੇ ਬੁੱਢੇ ਨਾਲੇ ਦਾ ਮਸਲਾ ਅੱਜ ਮੁੱਖ ਮੰਤਰੀ ਨਿਵਾਸ ਸਥਾਨ ਤੇ ਗੂੰਜਿਆ। ਮੁੱਖ ਮੰਤਰੀ ਮਾਨ ਦੇ ਵੱਲੋਂ ਅੱਜ ਅਧਿਕਾਰੀਆਂ ਸਮੇਤ ਨੇਬੂਲਾ ਗਰੁੱਪ ਦੇ ਰੀਪ੍ਰੈਜੈਂਟੇਟਿਵ ਦੇ ਨਾਲ ਜਿਹੜੀ ਇੱਕ ਮੀਟਿੰਗ ਕੀਤੀ ਗਈ। ਇਸ ਹੰਗਾਮੀ ਮੀਟਿੰਗ ਦੇ ਵਿੱਚ ਬੁੱਢੇ ਨਾਲੇ ਦੀ ਸਾਫ਼ ਸਫਾਈ ਨੂੰ ਲੈ ਕੇ ਗੱਲਬਾਤ ਹੋਈ ਹੈ। ਹਾਲਾਂਕਿ ਇਸ ਬੁੱਢੇ ਨਾਲੇ ਦੇ ਉੱਤੇ 650 ਕਰੋੜ ਰੁਪਏ ਖਰਚੇ ਗਏ ਨੇ, ਪਰ ਸਥਿਤੀ ਜਿਉਂ ਦੀ ਤਿਉਂ ਨਜ਼ਰ ਆਉਣ ਤੋਂ ਬਾਅਦ ਜਿੱਥੇ ਵਾਤਾਵਰਨ ਪ੍ਰੇਮੀਆਂ ਵੱਲੋਂ ਇਸ 'ਤੇ ਸਵਾਲ ਚੁੱਕੇ ਗਏ ਨੇ, ਪਰ ਇਸ ਦੇ ਬਾਵਜੂਦ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਆਪਣਾ ਨੀਂਹ ਪੱਥਰ ਤੱਕ ਜਿਹੜਾ ਤੋੜ ਦਿੱਤਾ ਗਿਆ ਸੀ। ਪਰ ਹੁਣ ਇਸੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਮਾਨ ਐਕਸ਼ਨ ਦੇ ਵਿੱਚ ਨਜ਼ਰ ਆਏ ਨੇ ਔਰ ਇਸੇ ਬੁੱਢੇ ਨਾਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇਸੇ ਸਥਿਤੀ ਨੂੰ ਲੈ ਕੇ ਜਿਹੜੇ ਗੰਦੇ ਪਾਣੀ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਅੱਜ ਜਿਹੜੀ ਆ ਬੈਠਕ ਸੱਦੀ ਸੀ ਔਰ ਅਧਿਕਾਰੀਆਂ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਆ ਔਰ ਉਹਨਾਂ ਦੇ ਨਾਲ ਗੱਲਬਾਤ ਤੋਂ ਬਾਅਦ 3 ਲੇਅਰ ਦੇ ਵਿੱਚ ਇਸ ਬੁੱਢੇ ਨਾਲੇ ਨੂੰ ਸਾਫ਼ ਕਰਨ ਦੀ ਗੱਲ ਕਹੀ ਹੈ ਔਰ ਕਿਹਾ ਜਾ ਰਿਹਾ ਕਿ ਇੱਕ ਮਿਸ਼ਨ ਦੇ ਤਹਿਤ ਕੰਮ ਕੀਤਾ ਜਾਵੇਗਾ ਔਰ ਇਸ ਨੂੰ ਨੇਪਰੇ ਚੜਾਇਆ ਜਾਵੇਗਾ। ਹਾਲਾਂਕਿ ਬੁੱਢੇ ਨਾਲੇ ਨੂੰ 3 ਲੇਅਰ ਦੇ ਵਿੱਚ ਸਾਫ਼ ਕੀਤਾ ਜਾਵੇਗਾ। 650 ਕਰੋੜ ਰੁਪਏ ਦਾ ਜੋ ਜ਼ਿਕਰ ਆ ਰਿਹਾ ਸੀ ਉਸ ਨੂੰ ਲੈ ਕੇ ਵੀ ਜਿਹੜੀ ਆ ਗੱਲਬਾਤ ਹੋਈ ਆ ਔਰ ਕਿਹਾ ਜਾ ਰਿਹਾ ਕਿ ਨੇਬੂਲਾ ਗਰੁੱਪ ਦੇ ਜਿਹੜੇ ਰੀਪ੍ਰੈਜੈਂਟੇਟਿਵ ਹੈਗੇ ਨੇ ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ। ਇਸ ਮੀਟਿੰਗ ਦੇ ਵਿੱਚ ਵਿਧਾਇਕ ਅਤੇ ਇਸ ਕਮੇਟੀ ਦੇ ਜਿਹੜੇ ਆਗੂ ਨੇ ਉਹ ਵੀ ਮੌਜੂਦ ਸੀ। ਪਰ ਇੱਕ ਵਾਰ ਫਿਰ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਕਿ ਬੁੱਢੇ ਨਾਲੇ ਦੀਆਂ ਤਸਵੀਰਾਂ ਨੇ ਕਿਹੋ ਜਿਹੀ ਸਥਿਤੀ ਹੈ ਇਸ ਨੂੰ ਲੈ ਕੇ ਜਿਹੜੀ ਅੱਜ ਵਿਚਾਰ ਚਰਚਾ ਹੋਈ ਆ ਔਰ ਕਿਹਾ ਜਾ ਰਿਹਾ ਕਿ ਓਜ਼ੋਨ ਟੈਕਨੋਲੋਜੀ ਦੇ ਨਾਲ ਨੇਬੂਲਾ ਗਰੁੱਪ ਇਸ ਦੀ ਸਾਫ਼ ਸਫਾਈ ਦਾ ਪਲਾਨ ਕਰ ਰਿਹਾ ਔਰ ਇਹ ਪਲਾਨ ਪੇਸ਼ ਕੀਤਾ ਗਿਆ। ਇਸ ਪਲਾਨ ਦੇ ਜ਼ਰੀਏ ਜਿਹੜਾ ਇਸ ਦੀ ਸਾਫ਼ ਸਫਾਈ ਹੋਵੇਗੀ, 3 ਲੇਅਰ ਦੇ ਵਿੱਚ ਜਿਹੜਾ ਇਸ ਨੂੰ ਬੁੱਢੇ ਨਾਲੇ ਨੂੰ ਸਾਫ਼ ਕੀਤਾ ਜਾਵੇਗਾ ਤਾਂ ਜਿਹੜਾ ਗੰਦਾ ਪਾਣੀ ਹੈ ਇਸ ਦੇ TDS ਦੀ ਮਾਤਰਾ ਜਿਹੜੀ ਘਟਾਉਣ ਦੀ ਉਹ ਜਿਹੜੀ ਹੈ ਗੱਲ ਜ਼ਰੂਰ ਉਹਨਾਂ ਨੇ ਕੀਤੀ ਆ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਇਹ ਜਿਹੜੀ ਸਾਫ਼ ਸਫਾਈ ਹੋ ਪਾਉਂਦੀ ਹੈ। ਲੁਧਿਆਣਾ ਤੋਂ ਰਜਿੰਦਰ ਅਰੋੜਾ, ਨਿਊਜ਼ 18।